ਵੀਰੋ ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਚਰਨਜੀਤ ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਲਿਫਟ ਕੈਰੀਅਰ ਆਪਾਂ ਪਿੰਗੇ ਕਹਿ ਦਿੰਦੇ ਹਾਂ ਪੰਜਾਬੀ 'ਚ ਆਪਾਂ ਕਹਿ ਲਈ ਵੀ ਟਰਾਲੀ ਦਾ ਅੱਧਾ ਕੰਮ ਇਹ ਦਿੰਦੇ ਹੈਗੇ ਅੱਧਾ ਕੀ ਆਪਾਂ ਤਕਰੀਬਨ ਪੂਰੀ ਕੰਮ ਦਿੰਦੇ ਹੈਗੇ ਇਹਦਾ ਸਾਈਜ਼ ਉਹ ਤੁਸੀਂ ਆਪਣੇ ਚੋਇਸ 'ਤੇ ਬਣਾ ਸਕਦੇ ਹੋ ਜਿਹੜਾ ਸਟੈਂਡਰਡ ਸਾਈਜ਼ ਹੁੰਦਾ 6x3 ਦਾ ਹੁੰਦਾ ਇਹ 6x3 ਦਾ ਸਾਈਜ਼ ਬਣਿਆ ਬਾਕੀ ਕੋਈ ਡਿਜ਼ਾਇਨ ਇਹਦੇ ਵਿੱਚ ਸਿੰਪਲ ਬਣਦੇ ਆ ਇੱਦੋਂ ਹੋਰ ਉੱਪਰ ਟੋਪ ਦੇ ਬਥੇਰੇ ਬਣਦੇ ਆ ਆਪਾਂ ਕਹਿੰਦੇ ਵੀ ਪਿੱਛੇ ਨੂੰ 4 ਫੁੱਟ ਬਣਦੇ ਆ 7 ਫੁੱਟ ਫਰੰਟ ਤੋਂ ਬਣ ਜਾਂਦੇ ਆ ਵੱਡੇ ਟਰੈਕਟਰਾਂ ਦੇ ਲਈ ਜਿਹੜਾ ਕਿ ਇਹ ਨੋਰਮਲ ਸਟੈਂਡਰਡ ਸਾਈਜ਼ ਆ ਜਾਂਦਾ ਗਾ 6x3 ਹਾਈਟ ਤਕਰੀਬਨ ਇਹਦੀ 4 ਫਿੱਟ ਦੇ ਵਾਂਗੂ ਹੋ ਜਾਂਦੀ ਆ ਪਿੱਛੇ ਨੂੰ 3 ਫੁੱਟ ਹੋ ਜਾਂਦਾ ਫਰੰਟ ਤੋਂ 6 ਫੁੱਟ ਹੋ ਜਾਂਦਾ ਗਾ ਥੱਲੇ ਰੋਡ ਲੱਗੀ ਆ ਲਿੰਕਾਂ ਜਗ੍ਹਾ 'ਤੇ ਤੁਸੀਂ ਕੀਲੀਆਂ ਲਵਾਉਣੇ ਕੀਲੀਆਂ ਲਵਾ ਸਕਦੇ ਹੋ ਜੀ ਉੱਪਰ ਡਿਜ਼ਾਇਨਿੰਗ ਲਈ ਨੈੱਟ ਵੀ ਲੱਗਿਆ ਜਾਲੀ ਲੱਗੀ ਆ ਉੱਦਾਂ ਵੀ ਸੋਹਣੀ ਪਾ ਕੇ ਦੀ ਵੀ ਲੁੱਕ ਬਣਦੀ ਆ ਸੋਹਣੇ ਲੱਗਦੇ ਹੈਗੇ ਸਾਈਡ 'ਤੇ ਟੂਲ ਦਿੱਤਾ ਗਾ ਬੇਲ 'ਚ ਆ ਗਿਆ ਅਸੈਸਰੀ ਵਗੈਰਾ ਸਾਰੀ ਲੱਗੀ ਹੈਗੀ ਵੀਰ ਬਾਹਰੋਂ ਤੇ ਸੀਗੇ ਇਹ ਇੱਕੋ ਪਿੰਡ ਦੇ ਨੇਗੇ ਹਰਿਆਣੇ ਜਾਣਿਆ ਦੋਨੇ ਇੱਕ ਵੀਰਾ ਯੂ ਐੱਸ ਏ ਤੋਂ ਸੀਗਾ ਅਤੇ ਦੂਸਰੇ ਲਿਫਟ ਕੈਰੀਅਰ ਵਾਲੇ ਬਾਈਕ ਕੈਨੇਡਾ ਤੋਂ ਸੀਗੇ ਉਸ ਹਿਸਾਬ ਨਾਲ ਫਲੈਗ ਆਪਾਂ ਉਵੇਂ ਹੀ ਲਾਏ ਨੇਗੇ ਇਹਨੂੰ ਕੈਨੇਡਾ ਦਾ ਲੱਗਿਆ ਉਹਨੂੰ ਯੂ ਐੱਸ ਏ ਦਾ ਲੱਗਿਆ ਬਾਕੀ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਕਮੈਂਟ ਬਾਕਸ ਵਿੱਚ ਦੱਸਿਓ ਜਾਣਕਾਰੀ ਲੈਣੀ ਆ ਕੋਈ ਨੰਬਰ ਚੱਲ ਰਿਹਾ ਸਕਰੀਨ 'ਤੇ ਕਾਲ ਕਰਕੇ ਜਾਣਕਾਰੀ ਲੈ ਲਿਓ ਜਿਹੜੀ ਸ਼ੀਟ ਲੱਗੀ ਆ ਸਾਰੀ ਹੈਵੀ ਡਿਊਟੀ 14 ਗੇਜ ਦੀ ਲੱਗੀ ਹੈਗੀ ਬਾਕੀ ਡਾਲੇ ਲਈ ਆ ਪੱਤੀਆਂ ਦਿੱਤੀਆਂ ਹੈਗੀਆਂ ਨੇ ਕਿ ਪੱਤੀਆਂ ਲਾ ਕੇ ਡਾਲਿਆਂ ਨਾਲ ਤੁਸੀਂ ਵਧਾ ਸਕਦੇ ਹੋ ਡਾਲਾ ਪੂਰਾ ਪਲੇਨ ਲੱਗਿਆ ਬੈਕ ਸਾਈਡ ਤੋਂ ਬਾਕੀ ਆਪਣੀ ਜਿਹੜੀ ਲੋਕੇਸ਼ਨ ਆ ਵੀਰੋ ਬਰਨਾਲਾ ਸ਼ਹਿਰ ਦੇ ਵਿੱਚ ਕਚਹਿਰੀ ਰੋਡ 'ਤੇ ਆ ਨੇੜੇ SD ਕਾਲਜ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਵੀ ਕਰਿਓ ਇੱਦਾਂ ਹੀ ਜੁੜੇ ਰਹੋ ਪਿਆਰ ਦਿੰਦੇ ਰਹੋ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ